ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਬੋਨ ਵਿਖੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਮੁਕੇਸ਼ ਧੀਮਾਨ ਨੇ ਦੱਸਿਆ ਕਿ ਇਹ ਕੈਂਪ ਖਾਸ ਤੌਰ 'ਤੇ ਬਜ਼ੁਰਗਾਂ ਲਈ ਲਗਾਇਆ ਗਿਆ ਹੈ, ਜਿਸ ਵਿੱਚ ਫ੍ਰੀ ਸ਼ੂਗਰ ਅਤੇ ਹਰੇਕ ਬਿਮਾਰੀ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਬਿਮਾਰੀਆਂ ਤੋਂ ਦੂਰ ਰਹਿਣ। 10 ਚੈਨਲ ਨਿਊਜ਼ ਲਈ ਗੁਰਜੀਤ ਸੋਨੀ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਗੋਪੀ ਦੀ ਰਿਪੋਰਟ। ਸਰ, ਇਹ ਡਾਇਰੈਕਟਰ ਆਯੁਰਵੇਦ ਪੰਜਾਬ ਡਾਕਟਰ ਰਵੀ ਕੁਮਾਰ ਡੂਮਰਾ ਜੀ, ਔਰ ਸਾਡੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਅਫਸਰ ਹੈ ਡਾਕਟਰ ਪ੍ਰਦੀਪ ਸਿੰਘ ਜੀ, ਉਹਨਾਂ ਦੀ ਅਗਵਾਈ ਹੇਠ ਜੋ ਸਾਨੂੰ ਆਰਡਰ ਹੋਏ ਹੈ ਕਿ ਜੈਰੀਐਟ੍ਰਿਕ ਕੈਂਪਸ ਲੱਗ ਰਹੇ ਹੈ, ਉਹਦੇ ਵਿੱਚੋਂ ਜਿਹੜੇ 60 ਸਾਲ ਤੋਂ ਜ਼ਿਆਦਾ ਉਮਰ ਦੇ ਪੇਸ਼ੈਂਟਸ ਹੈਗੇ ਉਹਨਾਂ ਨੂੰ ਜਨਰਲ ਚੈੱਕਅਪ ਹੈ। ਅੱਜ ਅਸੀਂ ਇੱਥੇ ਉਹਨਾਂ ਦੀ ਸਿੰਪਲ ਬਲੱਡ ਸ਼ੂਗਰ ਚੈੱਕ ਕੀਤੀ ਹੈ, BP ਚੈੱਕ ਕੀਤਾ ਹੈ, ਔਰ ਉਹਦੇ ਲਈ ਡਾਇਗਨੋਸ ਹੋ ਜਾਂਦਾ ਕਿ ਕਿਹੜੀ ਪ੍ਰੋਬਲਮ, ਕਿਉਂਕਿ ਅੱਜ ਕੱਲ੍ਹ BP ਸ਼ੂਗਰ ਬਹੁਤ ਜ਼ਿਆਦਾ ਕੇਸਿਸ ਆ ਰਹੇ ਇੱਦਾਂ ਦੇ। ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਤੀ ਪੇਸ਼ੈਂਟਸ ਨੂੰ, ਉਸ ਚੀਜ਼ ਦੀ ਅਸੀਂ ਦਵਾਈਆਂ ਦਿੱਤੀ ਹੈ, ਫ੍ਰੀ ਦਵਾਈਆਂ ਦਿੱਤੀ ਹੈ, ਐਂਡ ਅੱਗੇ ਫਿਊਚਰ ਵਿੱਚ ਇਹ ਕੈਂਪ ਇੱਦਾਂ ਦੇ ਲੱਗਦੇ ਰਹੂੰਗੇ। ਹਲੇ ਸਾਡੀ ਡਿਸਪੈਂਸਰੀ ਜਿਹੜੀ 1981 ਦੀ ਹੈਗੀ ਹੈ, ਹੁਣ ਰੀਸੈਂਟਲੀ ਅਪਗ੍ਰੇਡ ਹੋਈ ਹੈ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰ। ਅਪਗ੍ਰੇਡ ਦਾ ਮਤਲਬ ਇਹ ਹੈ ਕਿ ਇੱਥੇ ਪਹਿਲਾਂ ਨਾਲੋਂ ਜ਼ਿਆਦਾ ਫੈਸਿਲਿਟੀਜ਼ ਮਿਲੇਗੀ ਲੋਕਾਂ ਨੂੰ, ਪੰਚਕਰਮ ਦੀ ਜਿਹੜੀ ਫੈਸਿਲਿਟੀ ਹੈ ਉਹ, ਜਾਂ ਫਿਰ ਯੋਗਾ ਦੀ ਕਾਫੀ ਅਵੇਅਰਨੈਸ ਹੈ, ਉਹਦੇ ਲਈ ਯੋਗਾ ਇੰਸਟਰਕਟਰ ਹੈ ਸਾਡੇ ਕੋਲ ਮੇਲ ਐਂਡ ਫੀਮੇਲ, ਤਾਂ ਉਸ ਉਹਦੇ ਲਈ ਅੱਜ ਲਗਾਇਆ ਸੀ ਅਸੀਂ। ਸਰ, ਕਿੰਨੇ ਕੁ ਮਰੀਜ਼ ਦਾ ਚੈੱਕਅਪ ਹੋਇਆ ਹੁਣ ਤੱਕ? ਸਰ, ਹੁਣ ਤੱਕ 50+ ਆ ਚੁੱਕੇ ਹੈ, ਬਾਕੀ ਮੈਡੀਕਲ ਕੈਂਪ ਚੱਲਣਾ ਹੈ 2 ਵਜੇ ਤੱਕ, ਜਿੱਦਾਂ ਆਉਂਦੇ ਰਹੋਗੇ। ਹੋਰ ਜੀ, ਅਤੇ ਸਰ ਕਿੱਦਾਂ ਦੇ ਮਰੀਜ਼ ਤੁਹਾਡੇ ਕੋਲ ਜ਼ਿਆਦਾ ਗਿਣਤੀ ਵਿੱਚ? ਸਰ, ਅੱਜ ਕੱਲ੍ਹ ਜ਼ਿਆਦਾ ਜਿਹੜੇ ਓਲਡ ਏਜ ਪੇਸ਼ੈਂਟ ਹੈ ਨਾ, ਉਹਨਾਂ ਨੂੰ ਬਹੁਤ ਕਾਮਨ ਪ੍ਰੋਬਲਮ ਹੈ, ਜੁਆਇੰਟ ਪੇਨਸ ਹੁੰਦੀਆਂ ਹੈ, ਜਾਂ BP ਰਹਿੰਦਾ, ਹਾਈ ਰਹਿੰਦਾ ਹੈਗੇ ਇਹਦਾ, ਔਰ ਸਭ ਤੋਂ ਕਾਮਨ ਇਹ ਹੈ। ਉਸ ਤੋਂ ਬਾਅਦ ਫਿਰ ਆ ਜਾਂਦੇ ਆ ਕਿ ਪੇਟ ਦੀ ਪ੍ਰੋਬਲਮ, ਕਿਉਂਕਿ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਤਾਂ ਫਿਰ ਆਪਣੇ ਜੋ ਵੀ ਔਰਗਨਸ ਹੈ ਉੱਦਾਂ ਦਾ ਕੰਮ ਨਹੀਂ ਕਰਦੇ, ਪ੍ਰੋਬਲਮ ਆ ਜਾਏ, ਤਾਂ ਉਹਦੇ ਅਕੋਰਡਿੰਗ ਫਿਰ ਅਸੀਂ ਦਵਾਈਆਂ ਦੇ ਰਹੇ ਹਾਂ। ਦਵਾਈਆਂ ਅਸੀਂ ਸਹੀ ਜਾਓ ਵੀ ਦੇ ਰਹੇ ਹਾਂ, ਆਯੁਰਵੈਦਿਕ ਦਵਾਈਆਂ ਹੈ, ਜਿਨ੍ਹਾਂ ਦੇ ਇਫੈਕਟ ਬਹੁਤ ਵਧੀਆ ਹੈ, ਸਾਈਡ ਇਫੈਕਟ ਹੋਏ ਨਹੀਂ ਹੈ। ਸਰ, ਕੀ ਮਰੀਜ਼ ਨੂੰ ਕੀ ਕਰਨਾ ਚਾਹੀਦਾ ਇੱਦਾਂ ਦੀਆਂ ਬਿਮਾਰੀਆਂ ਤੋਂ ਬਚਣ ਵਾਸਤੇ? ਅੱਜ ਕੱਲ੍ਹ ਹੈ ਕਿ ਮਰੀਜ਼ ਨੂੰ ਸਭ ਤੋਂ ਪਹਿਲੀ ਗੱਲ ਹੈ ਕਿ ਰੈਗੂਲਰ ਐਕਸਰਸਾਈਜ਼ ਕੋਈ ਜ਼ਿਆਦਾ, ਜਿੱਦਾਂ ਅਸੀਂ ਜਿੰਮ ਜਾਂਦੇ ਉੱਦਾਂ ਦੀ ਨਹੀਂ ਮੈਂ ਕਹਿ ਰਿਹਾ, ਸਿੰਪਲ ਯੋਗਾ ਉਹ ਜੋ ਬੈਠ ਕੇ ਵੀ ਅਸੀਂ ਕਰ ਸਕਦੇ ਹਾਂ, ਉਹਦੇ ਲਈ ਹੀ ਮੇਨ ਹੈ ਕਿ ਅਸੀਂ ਇੱਥੇ ਡੇਲੀ ਯੋਗਾ ਸੈਸ਼ਨ ਲੱਗਦੇ ਹੈ ਸਵੇਰੇ 9 ਤੋਂ 10 ਵਜੇ ਤੱਕ, ਸਾਡੇ ਕੋਲ ਮੇਲ ਯੋਗਾ ਐਂਡ ਫੀਮੇਲ ਯੋਗਾ ਇੰਸਟਰਕਟਰ ਦੋਨੋਂ ਹੈਗੇ ਹੈ। ਬਾਕੀ ਉਸ ਤੋਂ ਬਾਅਦ ਵੀ ਜੇ ਕੋਈ ਪ੍ਰੋਬਲਮ ਹੁੰਦੀ ਹੈ, ਫਿਰ ਦਵਾਈਆਂ ਜ਼ਿਆਦਾ ਤੋਂ ਜ਼ਿਆਦਾ ਜੇ ਕਦੇ ਯੂਜ਼ ਕਰਨੀ ਹੈ ਤਾਂ ਆਯੁਰਵੈਦਿਕ ਯੂਜ਼ ਕਰਨੀ ਚਾਹੀਦੀ ਹੈ, ਕਿਉਂਕਿ ਸਾਈਡ ਇਫੈਕਟ ਕੋਈ ਨਹੀਂ ਹੈ, ਔਰ ਜੜ੍ਹ ਤੋਂ ਕਿਸੇ ਵੀ ਪ੍ਰੋਬਲਮ ਨੂੰ ਠੀਕ ਕਰ ਦਿੰਦੀ ਹੈ, ਅੱਗੇ ਹੋਣ ਦੇ ਚਾਂਸਿਸ ਨਹੀਂ ਰਹਿੰਦੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। GAD ਬੋਨ ਵਿਖੇ ਅੱਜ ਆਯੁਰਵੈਦਿਕ ਕੈਂਪ ਲਗਾਇਆ ਗਿਆ। ਆਯੁਸ਼ਮਾਨ ਭਾਰਤ ਦੇ ਤਹਿਤ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰ ਬੋਨ ਵਿਖੇ, ਅਤੇ ਇੱਥੇ ਹਰ ਤਰ੍ਹਾਂ ਦੇ ਮਰੀਜ਼ ਦਾ ਚੈੱਕਅਪ ਕੀਤਾ ਗਿਆ ਹੈ, ਜਿਵੇਂ ਕਿ ਮੇਨ ਇਹ ਕੈਂਪ ਜੀਰੀਐਟ੍ਰਿਕ ਪੇਸ਼ੈਂਟਸ ਦੇ ਲਈ ਹੈ, ਅਤੇ ਉਹਦੇ ਵਿੱਚ ਜਿਹੜੇ 60 ਸਾਲ ਤੋਂ ਵੱਧ ਉਮਰ ਦੇ ਜਾਂ 60 ਸਾਲ ਤੱਕ ਦੀ ਉਮਰ ਦੇ ਪੇਸ਼ੈਂਟਸ ਦਾ ਚੈੱਕਅਪ ਕੀਤਾ ਗਿਆ। ਉਹਨਾਂ ਨੂੰ ਜੇ ਕਿਸੇ ਨੂੰ BP ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਜੋੜਾਂ ਦੇ ਦਰਦ ਦੀ ਪ੍ਰੋਬਲਮ ਹੈਗੀ ਹੈ, ਅਤੇ ਉਹਦੇ ਲਈ ਆਯੁਰਵੈਦਿਕ ਦਵਾਈਆਂ ਦੇ ਰਾਹੀਂ ਉਹਨਾਂ ਦਾ ਇਲਾਜ ਕੀਤਾ ਗਿਆ। ਅਤੇ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਯੁਰਵੇਦ ਨੂੰ ਅਪਣਾਇਆ ਜਾਵੇ, ਯੋਗਾ ਨੂੰ ਅਪਣਾਇਆ ਜਾਵੇ, ਤਾਂ ਕਿ ਸਾਨੂੰ ਸਰੀਰਕ ਅਤੇ ਮਾਨਸਿਕ ਜਿਹੜੀ ਹੈਗੀ ਆ ਅਸੀਂ ਬਿਲਕੁਲ ਨਿਰੋਗ ਰਹੀਏ। ਜੇ ਅਸੀਂ ਸਰੀਰਕ ਅਤੇ ਮਾਨਸਿਕ ਸਥਿਤੀ ਦੇ ਵਿੱਚ ਨਿਰੋਗ ਰਹਾਂਗੇ, ਕੋਈ ਸਾਨੂੰ ਰੋਗ ਨਹੀਂ ਹੋਣਗੇ, ਤਾਂ ਅਸੀਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਦੇ ਨਾਲ ਕਰ ਸਕਾਂਗੇ। ਅਤੇ ਮੇਰੀ ਸਾਰਿਆਂ ਨੂੰ ਅਪੀਲ ਹੈਗੀ ਹੈ ਕਿ ਆਯੁਰਵੇਦ ਵੱਲ ਜਾਓ ਅਤੇ ਆਯੁਰਵੈਦਿਕ ਪ੍ਰਣਾਲੀ ਨੂੰ ਅਪਣਾਓ।
ਮੈਡਮ ਬਹੁਤ ਦੇਖਿਆ ਕਿ ਬਹੁਤ ਘੱਟ ਉਮਰ ਵਿੱਚ ਹੀ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ। ਹਾਂਜੀ ਇਹ ਦੇਖਿਆ ਸੀ ਕਿ ਜਦੋਂ ਬਜ਼ੁਰਗ ਹੁੰਦਾ ਸੀ ਉਹਦੀ, ਅੱਜ ਕੱਲ੍ਹ ਛੋਟੀ ਛੋਟੀ ਉਮਰ ਵਿੱਚ ਹੀ ਇੱਦਾਂ ਦੀ ਬਿਮਾਰੀ। ਇਹ ਕਾਰਨ ਮੇਨ ਇਹ ਹੈ ਕਿ ਡਾਇਟ ਦਾ, ਬਾਕੀ ਸਾਡਾ ਜਿਹੜਾ ਆਲਾ ਦੁਆਲਾ ਹੈਗਾ ਓਨਾ ਪਿਓਰ ਨਹੀਂ ਰਿਹਾ, ਹੁਣ ਪੋਲਿਊਸ਼ਨ ਹੈਗਾ ਹੈ ਹੈ ਨਾ, ਡਾਇਟ ਵੀ ਹੈ, ਬੱਚਿਆਂ ਨੂੰ ਪਿਓਰ ਨਹੀਂ ਮਿਲਦੀ ਪਈ, ਉਹਦੇ ਕਰਕੇ ਵੀ ਇਹ ਪ੍ਰੋਬਲਮਸ ਘੱਟ ਉਮਰ ਦੇ ਵਿੱਚ ਆਉਂਦੀਆਂ ਪਈਆਂ ਨੇ। ਅਤੇ ਸਾਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜਿੰਨਾ ਵੀ ਸਾਡੇ ਤੋਂ ਹੋ ਸਕੇ ਉਹਨਾਂ ਨੂੰ ਅੱਛੀ ਡਾਇਟ ਦੇਈਏ, ਤਾਂ ਕਿ ਉਹ ਆਉਣ ਵਾਲੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਹੀ ਵੱਡੇ ਹੋ ਕੇ ਸਾਰੇ ਹੈ ਨਾ ਆਪਣੇ ਦੇਸ਼ ਨੂੰ ਸੰਭਾਲਣਾ ਹੈ, ਆਪਣੇ ਪੰਜਾਬ ਨੂੰ ਸੰਭਾਲਣਾ ਹੈ, ਤਾਂ ਉਹਨਾਂ ਨੂੰ ਚਾਹੀਦਾ ਕਿ ਵਧੀਆ ਉਹਨੂੰ ਡਾਇਟ ਦੇਣ, ਵਧੀਆ ਐਜੂਕੇਸ਼ਨ ਦੇਣ। ਹਾਂਜੀ ਠੀਕ ਹੈ ਜੀ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।